ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਅਨੁਸਾਰ ਔਰ ਜਿਹੜੀਆਂ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ, ਪੈਟਰੋਲ ਦੀਆਂ ਕੀਮਤਾਂ ਵਧੀਆਂ, ਕਿਰਾਏ ਵੱਧ ਗਏ, ਬਿਜਲੀ ਦੇ ਰੇਟ ਵੱਧ ਗਏ ਔਰ ਇਹ ਸਾਰੀ ਮਹਿੰਗਾਈ ਜਿਹੜੀ ਵਧੀ ਹੈ, ਰਜਿਸਟਰੀਆਂ ਦੇ ਰੇਟ ਵੱਧ ਗਏ, ਸੋ ਸਾਰੀ ਜਿਹੜੀ ਸਰਕਾਰ ਨੇ ਬਹੁਤ ਵੱਡਾ ਬੋਝ ਜਿਹੜਾ ਹੈ ਕਰੋੜਾਂ ਰੁਪਈਆਂ ਦਾ ਉਹ ਪੰਜਾਬ ਦੇ ਲੋਕਾਂ ਉੱਤੇ ਪਾਇਆ ਗਾ। ਇਸ ਗੱਲ ਦੀ ਸਾਰੇ ਹਾਹਾਕਾਰ ਮੱਚੀ ਹੋਈ ਹੈ। ਸੋ ਉਹਦੇ ਖਿਲਾਫ਼ ਜਿਹੜਾ ਹੈ ਅੱਜ ਜਿੰਨੇ ਰੇਟ ਵਧੇ ਨੇ, ਜੋ ਇਹ ਟੈਕਸ ਲਾਏ ਨੇ, ਉਹਨਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਅੱਜ ਜਿਹੜਾ ਸੀ ਬਰਨਾਲੇ ਦੇ ਕਚਹਿਰੀਆਂ ਮੂਹਰੇ ਦਿੱਤਾ, ਜਿਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜਾ ਆਏ ਸੀ ਔਰ ਹੁਣ ਅਸੀਂ ਸਾਰੇ DC ਨੂੰ ਮੈਮੋਰੈਂਡਮ ਦੇ ਕੇ ਜਿਹੜੇ ਆ ਇੱਥੇ ਪਹੁੰਚੇ ਹਾਂ, ਕਿਉਂਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਾਡੀ ਆਮ ਆਦਮੀ ਦੀ ਸਰਕਾਰ ਹੈ ਔਰ ਅਸੀਂ ਲੋਕਾਂ ਨੂੰ ਬਹੁਤ ਸਹੂਲਤਾਂ ਦੇਵਾਂਗੇ ਔਰ ਇਹਨੇ ਬੜੇ ਨਾਅਰੇ ਲਾ ਕੇ, ਬੜੇ ਬਦਲਾਅ ਦੀਆਂ ਗੱਲਾਂ ਕਰਕੇ, ਇਨਕਲਾਬ ਦੀਆਂ ਗੱਲਾਂ ਕਰਕੇ ਪੰਜਾਬ ਵਿੱਚ ਸਰਕਾਰ ਲਿਆਂਦੀ ਸੀ। ਸੋ ਅੱਜ ਮੈਂ ਸਮਝਦਾ ਸਰਕਾਰ ਤੋਂ ਹਰ ਵਰਗ ਦੁਖੀ ਹੈ, ਭਾਵੇਂ ਮੁਲਾਜ਼ਮ ਹੈ, ਤੁਸੀਂ ਦੇਖ ਲਓ ਹਰ ਥਾਂ ਦੇ ਉੱਤੇ ਧਰਨੇ ਲੱਗੇ ਹੋਏ ਨੇ, ਭਾਵੇਂ ਵਪਾਰੀ ਹੈ, ਭਾਵੇਂ ਕਿਸਾਨ, ਉਹ ਆਪਣੀਆਂ ਮੰਗਾਂ ਦੇ ਲਈ ਥਾਂ ਥਾਂ 'ਤੇ ਧਰਨੇ ਦੇ ਰਹੇ ਨੇ। ਸੋ ਮਤਲਬ ਕਿ ਹਰ ਵਰਗ ਨੂੰ ਅੱਜ ਦੁਖੀ ਹੈ ਸਰਕਾਰ ਦੇ ਪਾਸੋਂ, ਔਰ 2.5 ਸਾਲਾਂ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ। ਲੋਕ ਚਾਹੁੰਦੇ ਨੇ ਕਿ ਜਿੰਨਾ ਚਿਰ ਜਲਦ ਤੋਂ ਜਲਦੀ ਇਹ ਸਰਕਾਰ ਚਲਦੀ ਕੀਤੀ ਜਾਵੇ, ਤਾਂ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ, ਤਾਂ ਹੀ ਹਰ ਬੰਦਾ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ। ਜੇ ਹਰ ਇੱਕ ਬੰਦਾ ਡਰਦਾ ਕਿ ਮੈਂ ਜਿਉਂਦਾ ਜਾਗਦਾ ਸ਼ਾਮ ਨੂੰ ਘਰ ਚਲੇ ਜਾਵਾਂ, ਇਹ ਨਹੀਂ ਪਤਾ ਕਿੱਥੇ ਗੈਂਗਸਟਰਾਂ ਦਾ ਰਾਜ ਪੰਜਾਬ ਦੇ ਵਿੱਚ ਹੋਇਆ, ਅੱਜ ਇੰਨਾ ਨਸ਼ਾ ਵੱਧ ਗਿਆ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀੜਾ ਚੁੱਕਿਆ ਗਿਆ ਔਰ ਇਹ ਸੰਘਰਸ਼ ਆਰੰਭ ਕੀਤਾ ਗਿਆ ਔਰ ਅਸੀਂ ਹਮੇਸ਼ਾ ਇਹ ਲੋਕਾਂ ਦੇ ਨਾਲ ਖੜ੍ਹੇ ਹਾਂ, ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲਾ ਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੁੱਕੇਗਾ। ਮੰਗਵਾਲ ਸਾਹਿਬ, ਪਾਰਟੀ ਵੱਲੋਂ ਮਲਕੀਤ ਸਿੰਘ ਕੀਤੂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੁਲਵੰਤ ਸਿੰਘ ਕਾਂਤੇ ਨੂੰ ਅਪੁਆਇੰਟ ਕੀਤਾ ਗਿਆ, ਪਾਰਟੀ ਦੀ ਸਮੁੱਚੀ ਏਕਤਾ ਦੀ ਕੀ ਰੂਪ ਰੇਖਾ ਰਹੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਏਕਤਾ ਹੈ, ਤੁਸੀਂ ਆਪ ਹੀ ਦੇਖ ਲਓ, ਜ਼ਿਲ੍ਹੇ ਬਰਨਾਲੇ ਦੇ ਵਿੱਚ ਕੋਈ ਐਸਾ ਆਗੂ ਨਹੀਂ ਜਿਹੜਾ ਕੋਈ ਬਾਹਰ ਹੋਵੇ। ਅੱਜ ਦਾ ਇਕੱਠ ਸਾਨੂੰ ਦੱਸਦਾ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਮ ਹੁਮਾ ਕੇ ਹਰ ਪਿੰਡਾਂ ਦੇ ਵਿੱਚੋਂ ਬੱਸਾਂ ਰਾਹੀਂ, ਗੱਡੀਆਂ ਰਾਹੀਂ ਆਪੋ ਆਪਣੇ ਵਾਹਨ ਲੈ ਕੇ ਇੱਥੇ ਪਹੁੰਚੇ ਨੇ। ਇੱਥੋਂ ਪਤਾ ਲੱਗਦਾ ਕਿ ਜ਼ਿਲ੍ਹੇ ਬਰਨਾਲੇ ਦੇ ਵਿੱਚ ਪੂਰਨ ਏਕਤਾ ਹੈ, ਇੱਥੇ ਕੋਈ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਰੇ ਵਰਕਰ ਖੜ੍ਹੇ ਨੇ। ਸਾਨੂੰ ਆਸ ਹੈ ਕਿ ਜਿਹੜੀ ਆਉਣ ਵਾਲੀ ਜਿਮਨੀ ਚੋਣ ਹੈ, ਇਹ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ। ਇਹ ਧਰਨਾ ਇਕੱਲੇ ਬਰਨਾਲੇ 'ਚ ਹੀ ਆ, ਪੂਰੇ ਪੰਜਾਬ ਦੇ ਵਿੱਚ? ਪੂਰੇ ਪੰਜਾਬ ਦੇ ਵਿੱਚ ਲਾਏਗਾ, ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਡੇਟਾਂ ਦਿੱਤੀਆਂ ਗਈਆਂ ਨੇ, ਤਕਰੀਬਨ 12 ਤਰੀਕ ਤੋਂ ਲਗਾਤਾਰ ਧਰਨੇ ਜਿਹੜੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਨੇ। ਇਹਨਾਂ ਨੇ ਇਹ ਸਮਝ ਲਿਆ ਕਿ ਜਿਵੇਂ ਚੁਟਕਲੇ ਸੁਣਾ ਕੇ ਲੋਕ ਖੁਸ਼ ਹੋ ਜਾਂਦੇ ਆ ਨਾ, ਸ਼ਾਇਦ ਸਾਡੇ ਚੁਟਕਲਿਆਂ ਨਾਲ ਹੀ 5 ਸਾਲ ਚੱਲ ਜਾਣਗੇ। ਝੂਠ ਮਾਰ ਮਾਰ ਮੇਰੇ ਖਿਲਾਫ਼ ਕਾਗਜ਼ ਭਰਤੇ, ਹੁਣ ਨਿਕਲ ਲਿਆ ਉਹਦੇ ਕੱਖ ਵੀ ਹੈ ਨਹੀਂ। ਸੋ ਅੱਜ 2.5 ਸਾਲ ਬਾਅਦ ਅਸੀਂ ਵੇਟ ਕੀਤਾ ਕਿ ਪਹਿਲਾਂ ਨਾ ਬੋਲੀਏ ਕਿ ਆਖਣਗੇ ਇਹਨੂੰ ਕੰਮ ਨਹੀਂ ਕਰਨ ਦੇ, ਹੁਣ ਤਾਂ ਕੰਮ ਦਾ ਸਮਾਂ ਇਹਨਾਂ ਦਾ ਟੱਪ ਗਿਆ। ਅੱਜ ਬਜਾਏ ਪੰਜਾਬ ਨੂੰ ਰੰਗਲਾ ਬਣਾਉਣ ਦੇ ਕੰਗਲਾ ਬਣਾਤਾ, ਔਰ ਟੈਕਸਾਂ ਦਾ ਬੋਝ ਇੰਨਾ ਲੱਤਾ ਕਿ ਲੋਕਾਂ ਤੋਂ ਹੁਣ ਚੱਕਿਆ ਨਹੀਂ ਜਾਣਾ। ਲੋਕਾਂ ਦੇ ਅਜੇ ਸਮਝ ਨਹੀਂ ਆ ਰਿਹਾ ਕਿ ਸਾਡੇ 'ਤੇ ਕਿੰਨਾ ਭਾਰ ਪੈ ਚੁੱਕਿਆ, ਨਹੀਂ ਤਾਂ ਮੇਰਾ ਖਿਆਲ ਆ ਲੋਕ ਇਹਨੂੰ ਪਿੰਡ 'ਚ ਨਾ ਵੜਨੇ। ਸੋ ਇਸ ਕਰਕੇ ਅੱਜ ਇਹਨਾਂ ਹਾਲਾਤਾਂ ਨੂੰ ਮੁੱਖ ਰੱਖ ਕੇ ਕਿ ਲੋਕਾਂ ਨੂੰ ਜਗਾਈਏ, ਲੋਕਾਂ ਨੂੰ ਸਮਝ ਆਵੇ, ਸਰਕਾਰ 'ਤੇ ਮਨ 'ਤੇ ਬੋਝ ਪਵੇ, ਤਾਂ ਕਿ ਹੋਰ ਟੈਕਸ ਨਾ ਲਾਵੇ, ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੇ। ਇਹ ਜੋ ਟੈਕਸ ਵੀ ਲਾਏ, ਇਹਨਾਂ ਦਾ ਫਾਇਦਾ ਇਹਨਾਂ ਨੂੰ ਕੋਈ ਨਹੀਂ ਹੁੰਦਾ, ਘਾਟਾ ਹੋਇਆ, ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਇਆ। ਇਸ ਕਰਕੇ ਟੈਕਸ ਵਾਪਸ ਲੈਣੇ ਚਾਹੀਦੇ ਨੇ। ਇਹਨਾਂ ਕਾਰਨਾਂ ਕਰਕੇ ਅਸੀਂ ਇਹ ਧਰਨੇ ਲਾਏ ਨੇ ਅਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰਤ ਕੀਤਾ ਤਾਂ ਕਿ ਅਸੀਂ ਇਹਨਾਂ ਦੇ ਦਬਾਅ ਪਾ ਸਕੀਏ, ਇਹਨਾਂ ਟੈਕਸਾਂ ਨੂੰ ਹਟਾ ਸਕੀਏ। ਦੇਖੋ, ਪੰਚਾਇਤੀ ਚੋਣਾਂ ਪਿੰਡ ਦੇ ਭਾਈਚਾਰੇ ਦੀਆਂ ਹੁੰਦੀਆਂ ਨੇ। ਮੈਂ ਸਮਝਦਾ ਕਿ ਲੋਕਾਂ ਨੂੰ ਆਪਸ ਵਿੱਚ ਜੋ ਉਹ ਸਿਆਣੇ ਜਿਹੜੇ ਬੱਚੇ ਆ ਉਹ ਬਣਾਉਣੇ ਚਾਹੀਦੇ ਨੇ, ਸਿਆਣੇ ਬੰਦੇ ਪਿੰਡ ਦੇ ਜਿਹੜੇ ਪਿੰਡ 'ਚ ਏਕਤਾ ਰੱਖਣ, ਪਿਆਰ ਰੱਖਣ ਔਰ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣ ਅਤੇ ਸਰਕਾਰ ਦੀਆਂ ਬੁਰਾਈਆਂ ਦੇ ਵਿਰੁੱਧ ਤਕੜੇ ਹੋ ਕੇ ਲਾਮਬੰਦ ਹੋਣ। ਬਰਨਾਲਾ ਜਿਮਣੀ ਚੋਣ ਬਾਰੇ ਕੀ ਕਹਿਣਾ ਚਾਹੁੰਦੇ ਸਰ? ਇਹ ਚੋਣ ਵਾਸਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲ ਲੜੇਗਾ। ਇਹ ਕਾਕਾ ਸਾਡਾ ਮਲਕੀਤ ਸਿੰਘ ਦਾ ਜਿਹੜਾ ਬੇਟਾ ਕੁਲਵੰਤ ਸਿੰਘ, ਇਹੀ ਚੋਣ ਲੜੇਗਾ।
ਇਹਦੇ ਵਾਸਤੇ ਅਸੀਂ ਸਾਰੇ ਤਿਆਰੀ ਕਰੀ ਜਾਂਦੇ ਹਾਂ, ਥੋੜ੍ਹੇ ਦਿਨਾਂ ਤੱਕ ਅਸੀਂ ਸ਼ੁਰੂ ਕਰ ਦਿਆਂਗੇ। ਸੋ ਗੁਰੂ ਕਿਰਪਾ ਕਰੇਗਾ, ਚੋਣ ਜਿੱਤੀ ਜਾਏਗੀ। ਜਿਵੇਂ ਦਿੱਲੀ ਦੇ ਪਾਸੋਂ ਮੁੱਖ ਮੰਤਰੀ ਕੇਜਰੀਵਾਲ ਨੇ ਅਸਤੀਫਾ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਉਹਦੇ ਬਾਰੇ ਦੂਤੇ ਡਰਾਮਾ ਕਿਹਾ ਕਿ ਮਹੀਨੇ ਤਾਂ ਦੋ ਰਹਿ ਗਏ ਚੋਣ 'ਚ, ਸਰਕਾਰ ਨੇ ਕੰਮ ਕਰਨ ਨੂੰ ਹਟਾ ਤਾ ਅਤੇ ਹੁਣ ਲੋਕਾਂ ਨੂੰ ਡਰਾਮਾ ਕਰਦਾ ਮੈਂ ਜੀ ਅਸਤੀਫਾ ਅਸਤੀਫਾ ਦਿੰਦਾ, ਜੇਲ੍ਹ 'ਚ ਬੈਠਾ ਰਹਿੰਦਾ ਹੈਗਾ 6 ਮਹੀਨੇ ਤਾਂ ਬਗੈਰ, ਜੇਲ੍ਹ 'ਚ ਬੈਠੇ ਨੇ ਅਸਤੀਫਾ ਨਹੀਂ ਤਾਂ ਸਰਕਾਰ ਵੀ ਮੰਗ ਹਟੀ। ਅੱਜ ਵਧਦੀ ਮਹਿੰਗਾਈ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਦੇ ਵੱਡੇ ਰੂਪ ਦੇ ਵਿੱਚ ਜਿਹੜਾ ਅੱਜ ਧਰਨਾ ਦਿੱਤਾ ਗਿਆ, ਜਿਹਦੇ 'ਚੋਂ ਹਰ ਵਰਗ ਕਿਸਾਨ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਇਸ ਧਰਨੇ 'ਚ ਆਪ ਮੁਹਾਰੀ ਸ਼ਮੂਲੀਅਤ ਕੀਤੀ ਆ ਸਾਰਿਆਂ ਨੇ। ਇਹ ਅੱਜ ਆਗਾਜ਼ ਆ ਜਿਹੜਾ ਇਸ ਆਪ ਪਾਰਟੀ ਜਿਹੜੀ ਥੱਲੇ ਨੂੰ ਤੁਰੀ ਜਾ ਰਹੀ ਆ, ਦਿਨ ਦਿਨ ਜੋ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਖਿਲਾਫ ਜਿਹੜੀ ਇਹ ਚੱਲ ਰਹੀ ਆ, ਅੱਜ ਲੋਕਾਂ ਨੇ ਜਿਹੜਾ ਇਸ ਦੇ ਖਿਲਾਫ ਝੰਡਾ ਚੁੱਕ ਲਿਆ ਗਾ, ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਲੋਕ ਅੱਜ ਇੱਥੇ ਪਹੁੰਚੇ ਆ ਧਰਨੇ 'ਚ। ਧੰਨਵਾਦ। ਬਰਨਾਲੇ ਦੇ ਕੁਛ ਸੀਨੀਅਰ ਕਾਂਗਰਸੀ ਜਿਹੜੇ ਹੁਣ ਆਮ ਆਦਮੀ ਪਾਰਟੀ ਕੌਂਸਲ ਦੇ ਪ੍ਰਧਾਨ ਵੀ, ਕਿਸ ਤਰ੍ਹਾਂ ਦੇਖਦੇ? ਦੇਖੋ ਮੌਜੂਦਾ ਸਰਕਾਰ ਜਿਹੜੀ ਡਰਾ ਧਮਕਾ ਕੇ ਹਰ ਇੱਕ ਵਰਕਰਾਂ ਤੱਕ ਵੀ ਜਿਹੜੀ ਉਹ ਡਰਾ ਧਮਕਾ ਰਹੀ ਹੈਗੀ, ਉਹ ਡਰਾ ਧਮਕਾ ਕੇ ਸਭ ਨੂੰ ਸ਼ਾਮਿਲ ਕਰ ਰਹੇ ਹੈ। ਜੋ ਜ਼ਿਲ੍ਹਾ ਵਾਈਜ਼ ਧਰਨੇ ਦਿੱਤੇ ਜਾ ਰਹੇ ਨੇ ਬਰਨਾਲੇ 'ਚ, ਅੱਜ ਬਹੁਤ ਵੱਡਾ ਵਿਸ਼ਾਲ ਹਜ਼ਾਰਾਂ ਦੀ ਗਿਣਤੀ ਸੰਗਤ ਇਕੱਤਰ ਹੋਈ ਆ। ਸੋ ਜੋ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧੀਆਂ, ਜੋ ਬਿਜਲੀ ਦੇ ਬਿੱਲ ਵਧਾ ਦਿੱਤੇ ਗਏ, ਟਰਾਂਸਪੋਰਟੇਸ਼ਨ ਦੇ ਵਧਾ ਤੇ, ਕਿਰਾਏ ਵਧਾ ਤੇ, ਲਾਅ ਐਂਡ ਆਰਡਰ ਦੀ ਸਥਿਤੀ ਹੈ, ਪੱਤਰਕਾਰਾਂ 'ਤੇ ਅਟੈਕ ਹੋ ਰਹੇ ਨੇ, ਮਾਲਵਿੰਦਰ ਸਿੰਘ ਮਾਲੀ ਵਰਗੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਸੋ ਇਹ ਸਾਰੇ ਜੋ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ, ਮਹਿੰਗਾਈ ਦੀ ਸਥਿਤੀ, ਨੀਲੇ ਕਾਰਡ ਕੱਟੇ ਜਾ ਰਹੇ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਦਿੱਤਾ, ਔਰ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਸਰਕਾਰ ਝੂਠ ਔਰ ਡਰਾਮੇਬਾਜ਼ੀ ਔਰ ਕੂੜ ਦੇ ਪ੍ਰਚਾਰ 'ਤੇ ਚੱਲ ਰਹੀ ਆ। ਉਹਨੂੰ ਉਜਾਗਰ ਕਰਨ ਲਈ, ਲੋਕਾਂ 'ਚ ਨੰਗਾ ਕਰਨ ਲਈ ਇਹ ਪ੍ਰੋਗਰਾਮ ਰੱਖੇ ਗਏ ਸੀ। ਸੋ ਸਾਰੇ ਵਰਕਰਾਂ ਦਾ, ਜ਼ਿਲ੍ਹੇ ਦੇ ਆਗੂ ਲੀਡਰ ਸਾਹਿਬਾਨ ਦਾ, ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡੇ ਤੌਰ 'ਤੇ ਇਕੱਤਰ ਹੋ ਕੇ ਧਰਨੇ ਨੂੰ ਸਫਲ ਬਣਾਇਆ।